ਤੇ ਆਪਣਾ ਸਵਰਾਜ ਵੀ ਲਗਭਗ ਰੇਡੀ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਲੋ ਜੀ, ਸਵਾਗਤ ਹੈ ਅੱਜ ਦੇ ਆਪਣੇ ਇੱਕ ਨਵੇਂ ਵਲੌਗ ਦੇ ਵਿੱਚ। ਅੱਗੇ ਆਪਾਂ ਵਲੌਗ ਸਟਾਰਟ ਕਰਦੇ ਹੁੰਦੇ ਸੀ ਇੱਥੇ ਡੱਬੇ ਪਾਏ ਵਿਖਦੇ ਸੀਗੇ, ਪਰ ਹੁਣ ਤੋਂ ਆਹ ਮਾਡਲ ਪਾਏ ਵਿਖਣਗੇ। ਮੌਕੇ 'ਤੇ ਮੈਂ ਵਲੌਗ ਕਰਨਾ ਬਹੁਤ ਹੀ ਲੇਟ ਸਟਾਰਟ, ਟਾਈਮ ਇੱਥੇ 4 ਵੱਜ ਗਏ ਨੇ, ਠੀਕ ਹੈ। ਅਤੇ ਲੇਟ ਸਟਾਰਟ ਕਰਨ ਦਾ ਰੀਜ਼ਨ ਕੋਈ ਜ਼ਿਆਦਾ ਖਾਸ ਵੱਡਾ ਨਹੀਂ ਗਾ, ਬਸ ਕੰਮ ਸੀਗੇ ਥੋੜ੍ਹੇ ਜ਼ਰੂਰੀ, ਉਹ ਕਰਨ ਦਿਆ ਸੀਗਾ। ਅਤੇ ਬਾਕੀ ਇੱਧਰ ਆਪਣੇ ਪ੍ਰਿੰਟਰ 'ਤੇ ਚੱਲਣ ਦੇਣ ਦਿਨ ਰਾਤ, ਅਤੇ ਆਪਾਂ ਕੰਮ 'ਤੇ ਟਰੇਟਰਾਂ 'ਤੇ ਹੀ ਕਰਨ ਦਿਆ। ਮੈਂ ਕਿਹਾ ਚੱਲ ਸ਼ਾਮ ਜੀ ਨੂੰ ਕਰਾਂਗੇ ਸਟਾਰਟ ਵਲੌਗ ਆਪਾਂ। ਅਤੇ ਆਪਣਾ ਜਿਹੜਾ ਸਵਰਾਜ ਹੈ ਟੈਸਟਿੰਗ ਵਾਲਾ, ਜਿਹੜਾ ਆਪਣਾ ਪਰਸਨਲ ਟਰੇਟਰ ਹੈ, ਇਹਦੇ 'ਤੇ ਕਟਾਈ ਜਿਹੜੀ ਹੈ ਉਹ ਲੱਗ ਚੁੱਕੀ ਹੈ। ਫਿਰ ਤਾਂ ਬਸ ਇਹਦੇ 'ਤੇ ਲੱਗਾ ਹੋਇਆ ਵਾਂ, ਕਿਉਂਕਿ ਜਿਹੜੀ ਫਸਟ ਫੀਟਿੰਗ ਹੈ ਨਾ, ਵੀ ਜਿਵੇਂ ਆਹ ਹੁਣ ਮਾਡਲ ਨਵਾਂ ਹੈ ਆਪਣਾ, ਇਹਦੇ ਵਿੱਚ ਪਹਿਲੀ ਵਾਰੀ ਫੀਟਿੰਗ ਕਰਨੀ ਥੋੜ੍ਹੀ ਜਿਹੀ ਔਖੀ ਹੁੰਦੀ ਹੈ। ਇੱਕ ਵਾਰੀ ਫੀਟਿੰਗ ਹੋ ਜਾਵੇ ਫਿਰ ਪਤਾ ਲੱਗ ਜਾਂਦਾ ਵੀ ਫੀਟਿੰਗ ਕਿੱਦਾਂ ਹੋਣੀ ਹੈ। ਬਸ ਹੁਣ ਮੌਕੇ 'ਤੇ ਕੰਮ ਡਨ ਹੈ। ਬਾਕੀ ਨੇ ਇਹਦਾ ਟਰਨਿੰਗ ਐਂਗਲ ਮੈਂ ਇੰਨਾ ਹੀ ਰੱਖਿਆ ਹੋਇਆ, ਆਹ ਦੇਖੋ, ਇਹਦੋਂ ਜ਼ਿਆਦਾ ਨਹੀਂ ਰੱਖਿਆ, ਕਿਉਂਕਿ ਨਾ ਟਰੈਕਟਰ 'ਚ ਡਿਫਰੈਂਸ਼ੀਅਲ ਤਾਂ ਹੈ ਨਹੀਂ ਗਾ, ਅਤੇ ਜ਼ਿਆਦਾ ਟਰਨਿੰਗ ਐਂਗਲ ਰੱਖਣ ਦਾ ਫਾਇਦਾ ਨਹੀਂ ਗਾ, ਇਸ ਕਰਕੇ ਇੰਨਾ ਕੁ ਟਰਨਿੰਗ ਐਂਗਲ ਹੈ, ਬਹੁਤ ਹੈ ਇੰਨਾ ਵੈਸੇ ਤਾਂ ਇਹਦੇ ਵਾਸਤੇ ਇਨਫ ਹੈ। ਅਤੇ ਮੌਕੇ 'ਤੇ ਦੀ ਬੈਟਰੀ ਵੀ ਸ਼ੋ ਦੇ ਥੱਲੇ ਰੱਖੀ ਹੋਈ ਹੈ, ਉਹਦੀ ਫਿਟਿੰਗ ਵਗੈਰਾ ਮਿਊਜ਼ਿਕ ਸਿਸਟਮ 'ਚ ਆਪਾਂ ਥੋੜ੍ਹਾ ਚਿਰ ਰੋਕ ਕੇ ਵੀ ਕਰ ਲਾਂਗੇ, ਕੋਈ ਇਸ਼ੂ ਨਹੀਂ ਗਾ, ਕਿਉਂਕਿ ਇਹ ਤਾਂ ਆਪਣਾ ਹੀ ਟਰੇਟਰ ਹੈ ਟੈਸਟਿੰਗ ਵਾਲਾ ਹੀ। ਮੇਨ ਆਪਾਂ ਇਸ ਸਵਰਾਜ 'ਤੇ ਕੰਮ ਸ਼ੁਰੂ ਕਰਨਾ, ਇਹਨੂੰ ਰੇਡੀ ਕਰਨਾ ਕੱਲ੍ਹ ਤੱਕ, ਠੀਕ ਹੈ। ਕੱਲ੍ਹ ਇਹ ਕੁਰੀਅਰ ਕਰਨਾ ਟਰੇਟਰ, ਇਹ ਵੀ ਭੇਜਣਾ ਹੈ ਅਤੇ ਆਪਣਾ ਨਾਟ ਗਿਆਰਾਂ ਵੀ ਭੇਜਣਾ। ਵੈਸੇ ਤਾਂ ਨਾਟ ਗਿਆਰਾਂ ਅੱਜ ਹੀ ਭੇਜ ਦੇਣਾ ਸੀਗਾ, ਪਰ ਨਾ ਇਹਦਾ ਚਾਰਜਰ ਨਹੀਂ ਬਣਿਆ ਹੋਇਆ ਹਜੇ, ਅਤੇ ਥੋੜ੍ਹੀ ਜਿਹੀ ਫੀਟਿੰਗ ਵੀ ਰਹਿੰਦੀ ਹੈ, ਸੁੱਚ ਵਗੈਰਾ ਥੱਲੇ ਕੱਢਣ ਵਾਲਾ ਹਜੇ ਇਹਦੇ 'ਚ, ਇਸ ਕਰਕੇ ਫਿਰ ਅੱਜ ਦਾ ਦਿਨ ਰੁਕ ਗਏ ਆਪਾਂ, ਅਤੇ ਨਾਲੇ ਆਹ ਵੀ ਟਰੇਟਰ ਰੇਡੀ ਹੋ ਜੂਗਾ ਫਿਰ ਕੱਲ੍ਹ ਤੱਕ, ਅਤੇ ਦੋਵੇਂ ਇਕੱਠੇ ਕੁਰੀਅਰ ਕਰ ਦਾਂਗੇ ਆਪਾਂ, ਠੀਕ ਹੈ। ਇਹ ਦੋ ਟਰੇਟਰ ਕੱਲ੍ਹ ਭੇਜਣੇ ਆਪਾਂ, ਅਤੇ ਬਸ ਇਹਨਾਂ 'ਤੇ ਕੰਮ ਸ਼ੁਰੂ ਕਰਨਾ। ਹੁਣ ਆਹ ਹੋ ਗਿਆ ਕੰਮ, ਟੈਸਟਿੰਗ ਕਰ ਲਈ ਹੈ, ਸਭ ਕੁਝ ਓਕੇ ਆ, ਇਹਨੂੰ ਇੱਕ ਪਾਸੇ ਕਰਦੇ ਨੇ ਆਪਾਂ। ਇੱਕ ਵਾਰੀ ਸ਼ਾਮ ਨੂੰ ਵੀਡੀਓ ਸ਼ੂਟ ਕਰਨੀ, ਵੈਸੇ ਤਾਂ ਆਪਾਂ ਸ਼ੂਟ ਤਾਂ ਕਰਨੀ ਆਪਣੇ ਮਹਿੰਦਰੇ ਨਾਲ, ਮਹਿੰਦਰਾ 6911, ਅਤੇ ਦੇਖਾਂਗੇ ਫਿਰ ਆਪਣਾ ਸਵਰਾਜ ਵੀ ਯੂਜ਼ ਕਰ ਲਾਂਗੇ, ਠੀਕ ਹੈ। ਕਟਾਈ ਇਹਦੀ ਵੀ ਸਹੀ ਹੈ, ਅਤੇ ਫਿਲਹਾਲ ਤਾਂ ਸ਼ੂਟ ਹੋਣਾ ਨਹੀਂ, ਹਜੇ ਰੁਕਾਂਗੇ ਘੰਟਾ ਡੇਢ, ਹਜੇ ਰੁਕ ਜਾਂਗੇ, 5:30 ਵਜੇ ਤੱਕ ਰੁਕਦੇ ਹਾਂ ਆਪਾਂ, ਅਤੇ ਉਦੋਂ ਬਾਅਦ ਫਿਰ ਆਪਾਂ ਕਰਾਂਗੇ ਸ਼ੂਟਿੰਗ, ਠੀਕ ਹੈ। ਹੁਣ ਮੈਂ ਸਵਰਾਜ ਕਰਦਾ ਛੇਤੀ ਛੇਤੀ ਰੇਡੀ। ਲਓ ਵੀ ਮੁੰਡਿਓ, ਸੀਨ ਇੱਦਾਂ ਹੈ ਕਿ ਸਵਰਾਜ 'ਤੇ ਤਾਂ ਕੰਮ ਚੱਲਣ ਦਿਆ, ਉਮੀਦ ਹੈ ਕਿ ਅੱਜ ਰਾਤੋਂ ਰਾਤ ਨਾ ਸਵਰਾਜ ਆਪਾਂ ਰੇਡੀ ਕਰ ਦਾਂਗੇ, ਠੀਕ ਹੈ। ਅਤੇ ਬਾਹਰ ਮੌਸਮ ਹੋ ਗਿਆ ਜਮਾਂ ਓਕੇ, ਅਤੇ ਮੈਂ ਸੋਚਣ ਦਿਆਂ ਕਿ ਟਰਾਲੀ ਨਾਲ ਥੋੜ੍ਹੀ ਜਿਹੀ ਟੈਸਟਿੰਗ ਕਰ ਲਈਏ। ਵੈਸੇ ਆਪਾਂ ਵੀਡੀਓ ਸ਼ੂਟ ਕਰਨੀ ਹੈ, ਜਿਹਦੇ ਵਿੱਚ ਆਪਾਂ ਸਵਰਾਜ ਵੀ ਯੂਜ਼ ਕਰਾਂਗੇ, ਆਪਣਾ ਮਹਿੰਦਰਾ ਵੀ, ਨਾਟ ਗਿਆਰਾਂ ਵੀ, ਪਰ ਨਾ ਮੌਕੇ 'ਤੇ ਹੁਣ ਸ਼ੂਟ ਨਹੀਂ ਹੋਣੀ ਇਕੱਲੇ ਤੋਂ, ਕਿਉਂਕਿ ਸਹਿਜ ਤੁਰ ਗਿਆ ਘਰੇ, ਅਤੇ ਸਵੇਰੇ ਦੇਖਦਾ ਮੈਂ ਸਹਿਜ ਨੂੰ ਲੈ ਕੇ ਆਊਂਗਾ, ਅਤੇ ਉਦੋਂ ਬਾਅਦ ਫਿਰ ਆਪਾਂ ਕਰਾਂਗੇ ਸ਼ੂਟ, ਠੀਕ ਹੈ। ਹੁਣ ਇੱਕ ਵਾਰੀ ਆਪਾਂ ਟਰਾਲੀ ਦੀ ਟੈਸਟਿੰਗ ਕਰਨੀ ਹੈ, ਅਤੇ ਬਸ ਉਹ ਮੈਂ ਸੋਚਣ ਦਿਆਂ ਕਿ ਕਿਹੜੇ ਟਰੈਕਟਰ ਨਾਲ ਕਰੀਏ, ਵੀ ਆਪਣੇ ਮਹਿੰਦਰੇ ਨਾਲ ਕਰੀਏ ਕਿ ਸਵਰਾਜ ਨਾਲ ਕਰੀਏ। ਮਹਿੰਦਰਾ ਵੈਸੇ ਪਹਿਲਾਂ ਆਪਾਂ ਵਾਧੂ ਚਲਾਇਆ ਹੋਇਆ, ਟੈਸਟਿੰਗ ਇਹਦੀ ਹੋਈ ਹੈ, ਆਪਾਂ ਕਰਦੇ ਹਾਂ ਸਵਰਾਜ ਨਾਲ ਟੈਸਟਿੰਗ, ਠੀਕ ਹੈ। ਅਤੇ ਲੈ ਚੱਲਦੇ ਹਾਂ ਫਿਰ ਬਾਹਰ ਟਰਾਲੀ, ਸਵਰਾਜ ਵਿੱਚ ਹੁੱਕ ਹੈਗੀ ਹੈ, ਜਮਾਂ ਓਕੇ 'ਚ ਰਿਪੋਰਟ ਹੈ। ਬਸ ਆਪਾਂ ਜ਼ਿਆਦਾ ਕੋਈ ਸ਼ੂਟ ਨਹੀਂ ਕਰਨੀ, ਮੈਂ ਨਿੱਕੀ ਜਿਹੀ ਟੈਸਟਿੰਗ ਹੀ ਕਰਨੀ ਹੈ, ਚਲਾ ਕੇ ਦੇਖਣਾ ਸਭ ਕੁਛ ਓਕੇ ਆ, ਬਾਕੀ ਅੱਗੇ ਫਿਰ ਆਪਾਂ ਵੀਡੀਓ ਸ਼ੂਟ ਕਰਾਂਗੇ। ਲਓ ਵੀ ਮਿੱਤਰੋ, ਆਹ ਦੇਖੋ ਤੁਸੀਂ, ਪਹਿਲਾਂ ਤਾਂ ਪਾਣੀ ਤਰੌਂਕਿਆ ਵਾਂ ਸਾਰੇ 'ਤੇ, ਮਿੱਟੀ ਸੁੱਕ ਗਈ ਸੀਗੀ। ਮਿੱਟੀ ਗਿੱਲੀ ਹੋਵੇ ਤਾਂ ਹੀ ਵਧੀਆ ਸ਼ੂਟ ਹੁੰਦੀ ਹੈ, ਜੇ ਜਮਾਂ ਸੁੱਕੀ ਹੋ ਗਈ ਨਾ ਫਿਰ ਕਿੱਡਾ ਹੀ ਟਰੇਟਰ ਲਾਓ, ਭਾਵੇਂ ਆਪਣੇ ਸਾਹਮਣੇ ਵੱਡੇ ਟਰੇਟਰ ਲਾਓ, ਉਹ ਵੀ ਇੱਥੇ ਫਸ ਜਾਣਗੇ, ਕਿਉਂਕਿ ਰੇਤਾ ਹੋ ਗਈ ਨੇਰੀ। ਅਤੇ ਸਾਰੇ ਪਾਣੀ ਤਰੌਂਕਦਾ ਮੈਂ, ਇੱਧਰ ਵੀ ਥੋੜ੍ਹਾ ਪਾਣੀ ਤਰੌਂਕਿਆ, ਅਤੇ ਮਿੱਟੀ ਵੀ ਥੋੜ੍ਹੀ ਜਿਹੀ ਗਿੱਲੀ ਕੀਤੀ ਸੀ, ਕਿਉਂਕਿ ਆ ਜਮਾਂ ਸੁੱਕਾ ਪਾਊਡਰ ਹੈ, ਜਿਵੇਂ ਉਹਦੇ ਵਿੱਚ ਪਾਉਂਦੇ ਹਾਂ ਨਾ ਟਰਾਲੀ 'ਚ, ਅਤੇ ਮਿੱਟੀ ਪੈਂਦੀ ਨਹੀਂ ਜ਼ਿਆਦਾ, ਉਹ ਥੱਲੇ ਹੀ ਡਿੱਗ ਪੈਂਦੀ ਹੈ, ਇਸ ਕਰਕੇ ਚੋਟੀ ਲਾਉਣ ਵਾਸਤੇ ਗਿੱਲੀ ਮਿੱਟੀ ਪਾਈ ਹੈ। ਆਓ ਦੇਖੋ ਉੱਥੋਂ ਚੱਕ ਕੇ, ਬਸ ਓਕੇ ਆ, ਜਮਾਂ ਓਕੇ ਦੀ ਰਿਪੋਰਟ ਹੈ, ਦੇਖਦੇ ਹਾਂ
ਕੀ ਕਰਦਾ ਟਰੈਕਟਰ। ਮੌਕੇ ਦੇ ਟਰੈਕਟਰ ਦੇ ਫਰੰਟ 'ਤੇ ਕੋਈ ਵੇਟ ਨਹੀਂ ਗਾ, ਓਰੀਜਨਲ ਟਰੈਕਟਰ ਹੈ, ਵੀ ਕੋਈ ਐਕਸਟਰਾ ਵੇਟ ਆਪਾਂ ਪਾਇਆ ਨਹੀਂ ਗਾ ਮੌਕੇ 'ਤੇ। ਠੀਕ ਹੈ, ਦੇਖਦੇ ਹਾਂ ਕੁਛ ਕਹਿੰਦਾ, ਤੁਰਦਾ ਕੀ ਕਰਦਾ, ਹਜੇ ਤੱਕ ਮੈਂ ਕੁਛ ਵੀ ਕਰਕੇ ਦੇਖਿਆ ਨਹੀਂ ਗਾ, ਫਸਟ ਟਾਈਮ ਹੈ। 1 2 3 ਗੋ। ਹਲੋ ਮੁੰਡਿਓ, ਸੀਨ ਇਹਦੇ ਮੌਕੇ 'ਤੇ ਇੱਦਾਂ, ਵੇਖ ਲਓ ਤੁਸੀਂ, ਰੇਤਾ ਫੁੱਲ ਹੈ ਟਰਾਲੀ ਦੇ ਟਾਇਰਾਂ ਅੱਗੇ, ਪਰ ਨਾ ਟਰੈਕਟਰ ਅੱਗੋਂ 'ਚ ਕੀ ਝੰਨੀ ਦਿਆ ਹਜੇ ਵੀ। ਅਤੇ ਮੈਨੂੰ ਕੱਲ੍ਹ ਕਮੈਂਟ ਆਉਂਦੇ ਸੀ ਵੀ ਟਾਇਰ ਨਾ ਥੋੜ੍ਹੇ ਜਿਹੇ ਹੋਰ ਅੱਗੇ ਰੱਖਣੇ ਸੀਗੇ, ਟਾਇਰ ਜ਼ਿਆਦਾ ਪਿੱਛੇ ਨੇ, ਜੇ ਮੈਂ ਟਾਇਰ ਹੋਰ ਅੱਗੇ ਰੱਖਦਾ ਨਾ ਤਾਂ ਟਰਾਲੀ ਨੇ ਸਵਰਾਜ ਦੇ ਟਾਇਰਾਂ ਦੇ ਉੱਤੇ ਵੇਟ ਪਾਉਣਾ ਹੀ ਨਹੀਂ ਸੀ ਬਿਲਕੁਲ ਹੀ। ਅਤੇ ਇੱਥੇ ਹੀ ਹੁਣ ਜੇ ਟਾਇਰ ਥੋੜ੍ਹੇ ਜਿਹੇ ਹੋਰ ਪਿੱਛੇ ਹੁੰਦੇ ਨਾ, ਫਿਰ ਟਰਾਲੀ ਨੇ ਹੋਰ ਵੇਟ ਪਾਉਣਾ ਸੀ, ਪਰ ਉਹ ਵੀ ਚੀਜ਼ ਇੰਨੀ ਜ਼ਿਆਦਾ ਵਧੀਆ ਨਹੀਂ ਗੀ। ਮੌਕੇ 'ਤੇ ਇੱਥੇ ਮੈਨੂੰ ਟਾਇਰ ਜਮ੍ਹਾਂ ਸਹੀ ਲੱਗਣ ਦੇਣ, ਮੈਂ ਕਿ ਟਰੈਕਟਰ 'ਤੇ ਹਜੇ ਵੇਟ ਹੈ ਨਹੀਂ ਗਾ, ਟਰੈਕਟਰ 'ਤੇ ਵੇਟ ਦੀ ਜ਼ਰੂਰਤ ਹੈ ਥੋੜ੍ਹੀ ਜੀ। ਅਤੇ ਦੇਖਦੇ ਹਾਂ, ਚਲੋ ਵੇਟ ਰੱਖ ਕੇ ਦੇਖਦੇ ਹਾਂ ਇੱਥੋਂ ਟਰੈਕਟਰ ਕੱਢਦਾ ਕਿ ਨਹੀਂ ਕੱਢਦਾ, ਫਿਰ ਆਪਾਂ ਲੋਕੇਸ਼ਨ ਚੇਂਜ ਕਰ ਲਾਂਗੇ, ਕਿਉਂਕਿ ਮਿੱਟੀ ਬਹੁਤ ਜ਼ਿਆਦਾ ਫਸ ਗਈ ਟਰਾਲੀ ਦੇ ਟਾਇਰਾਂ 'ਤੇ। ਉਹਨਾਂ ਆਪਣੇ ਟਰੈਕਟਰ ਦਾ ਪੂਰਾ ਵੇਟ ਨਹੀਂ ਗਾ, ਉਦੋਂ ਜ਼ਿਆਦਾ ਵੱਟੇ ਦਾ ਵੇਟ ਹੈ। ਮੈਂ ਕਿਹਾ ਇੱਕ ਵਾਰੀ ਫੁੱਲ ਹੈਵੀ ਵੇਟ ਰੱਖ ਕੇ ਦੇਖਦੇ ਹਾਂ ਕੀ ਰਿਸਪੋਂਸ ਆਉਂਦਾ ਟਰੈਕਟਰ ਦਾ। ਟਰੈਕਟਰ ਨੇ ਆਰਾਮ ਨਾਲ ਖਿੱਚ ਕੇ ਲੈ ਜਾਣਾ, ਆਰਾਮ ਨਾਲ, ਪਰ ਪ੍ਰੋਬਲਮ ਇਹ ਆ, ਆਹ ਦੇਖੋ ਇੱਧਰਲਾ ਟਾਇਰ ਹੀ ਨਹੀਂ ਘੁੰਮਣ ਦਿਆ, ਜ਼ੋਰ ਨਹੀਂ ਲਾਉਣ ਦਿਆ। ਆਹ ਦੇਖੋ ਇੱਦਾਂ ਦਾ ਨੱਟ ਉੱਧਰ ਕੱਸਿਆ, ਉਹ ਨੱਟ ਢਿੱਲਾ ਥੋੜ੍ਹਾ ਜਿਹਾ, ਅਤੇ ਇਸ ਕਰਕੇ ਟਰੈਕਟਰ ਜ਼ੋਰ ਨਹੀਂ ਮਾਰਨ ਦਿਆ, ਨਹੀਂ ਤਾਂ ਸਿਆਣੇ ਮਾਤਾ। ਇੱਧਰ ਦੇਖੋ ਤੁਸੀਂ, ਟਰੈਕਟਰਾਂ ਦਾ ਪੂਰਾ ਜ਼ੋਰ ਲਾਤਾ ਅਤੇ ਬੈਂਟਰੀ ਨੇ ਵੀ ਆਪਦਾ ਪੂਰਾ ਜ਼ੋਰ ਲਾਤਾ। ਮੌਕੇ 'ਤੇ ਹੁਣ ਆਪਾਂ ਬੈਂਟਰੀ ਬਦਲਾਂਗੇ ਇਹਦੀ। ਹਲੋ ਹੁਣ ਉਹ ਬੈਂਟਰੀ ਚੇਂਜ ਕਰਤੀ ਹੈ, ਲੋ ਮੁੰਡਿਓ ਬੈਟਰੀ ਆ ਵੀ ਡਾਊਨ ਹੈ, ਚਾਰਜ ਲਾਈਆਂ ਨਹੀਂ ਜਦੋਂ ਦੀਆਂ ਬੈਟਰੀਆਂ ਲਿਆਉਂਦੀਆਂ ਨੇ ਨਾ ਇਹਨਾਂ ਟਰੈਕਟਰਾਂ ਦੀਆਂ ਜਿਹੜੀਆਂ, ਉਹ ਮੈਂ ਚਾਰਜ ਹੀ ਨਹੀਂ ਲਾਈਆਂ, ਉੱਦਾਂ ਹੀ ਪਈਆਂ ਹੋਈਆਂ ਨੇ। ਆਹ ਦੇਖੋ ਆਹ ਦੋ ਹੁਣ ਹੋਰ ਪਈਆਂ ਸੀਗੀਆਂ ਬੈਟਰੀਆਂ, ਅਤੇ ਬੈਟਰੀਆਂ ਇਹਨਾਂ ਦਾ ਵੀ ਨਹੀਂ ਪਤਾ ਮੈਨੂੰ ਕਿ ਚਾਰਜ ਹੈਗੀਆਂ ਨੇ ਕਿ ਨਹੀਂ ਗੀਆਂ, ਬਾਕੀ ਚਲੋ ਆਪਾਂ ਦੇਖ ਲੈਂਦੇ ਇਹਨਾਂ ਬੈਟਰੀਆਂ ਦਾ ਵੀ ਕੀ ਸੀਨ ਹੈ।
ਕੰਪਿਊਟਰ ਨੇ ਲੀਹ ਬਣਾ ਦਿੱਤੀ ਆਪਦੀ, ਉਹਦੇ ਗੱਲ ਮੰਨੀ ਨਹੀਂ ਪੈਣੀ। ਹੈਲੋ ਮੁੰਡੇ, ਟਰੈਕਟਰ ਨੂੰ ਸ਼ੋਅ ਲਾਤੀ ਵਾਪਸ, ਅਤੇ ਮਿੱਟੀ ਵੀ ਥੋੜ੍ਹੀ ਥੋੜ੍ਹੀ ਮੈਂ ਸਾਈਡ 'ਤੇ ਕੀਤੀ ਇੱਕ ਵਾਰੀ। ਮੈਂ ਕਿਹਾ ਲੀਹ ਬਣਾ ਕੇ ਦੇਖਦੇ ਹਾਂ ਟਰੈਕਟਰ ਇੱਥੋਂ ਕੱਢਦਾ ਟਰਾਲੀ ਕਿ ਨਹੀਂ। ਲੰਘ ਗਿਆ ਲਗਭਗ। ਅਤੇ ਇੱਥੇ ਪੂਰੀ ਰੇਤਾ ਸੀਗੀ, ਇਸ ਕਰਕੇ ਨਾ ਟਰੈਕਟਰ ਇੱਦਾਂ ਲੀਹ ਬਣਾ ਕੇ ਹੀ ਨਿਕਲਿਆ ਬਾਹਰ। ਬਾਕੀ ਆਹ ਜਿਹੜੀ ਬੈਟਰੀ, ਇਹਦਾ ਬੈਕਅਪ ਠੀਕ ਸੀਗਾ ਪਹਿਲੀ ਨਾਲੋਂ, ਠੀਕ ਹੈ। ਹੁਣ ਵੀ ਲੀਹ ਬਣਾ ਕੇ ਟਰੈਕਟਰ ਲੰਘ ਜੂਗਾ ਇੱਥੋਂ ਆਰਾਮ ਨਾਲ, ਤਾਂ ਟਾਈਮ ਖਾਊਗਾ ਪੂਰਾ ਸਾਡੇ ਕੋਲ। ਇੱਦਾਂ ਅੱਗੇ ਪਿੱਛੇ ਕਰਕੇ ਇੱਦਾਂ ਲੀਹ ਬਣੂਗੀ, ਇੱਦਾਂ ਬਣੂਗੀ ਲੀਹ। ਇਹਦਾ ਵੇਟ ਬਦਲੀਏ, ਵੇਟ ਇਹਦਾ ਵਧਾਈਏ, ਹੁਣ ਦੇਖਦੇ ਹਾਂ ਕੀ ਕਰਦਾ। ਬੈਟਰੀ ਖੁਸ਼ ਹੋ ਗਈ, ਜਦੋਂ ਜ਼ਿਆਦਾ ਵੇਟ ਪਾ ਦੇਈ ਦੇਣ ਉਦੋਂ ਫਿਰ ਟਰੈਕਟਰ ਸਲਿੱਪ ਘੱਟ ਮਾਰਦਾ ਅਤੇ ਬੈਟਰੀ ਵੀ ਖਿੱਚਦਾ ਪੂਰੀ। ਲੈ ਗਿਆ ਮਰਦਾ ਮਰਦਾ ਚੱਕਰ ਤੋੜਦਾ ਲੈ ਹੀ ਗਿਆ। ਉਹ ਲਾ ਵੀ ਮੁੰਡਿਓ ਟਰਾਲੀ ਕੱਢਦੀ ਹੈ ਸਵਰਾਜ ਨੇ, ਜਿਵੇਂ ਮਰਜ਼ੀ ਕੱਢੀ ਹੈ, ਠੀਕ ਹੈ। ਸਾਡੇ ਸਾਹਮਣੇ ਹੈ ਬਸ ਬੈਟਰੀਆਂ ਦੀ ਪ੍ਰੋਬਲਮ ਹੈ। ਇੱਕ ਤਾਂ ਬੈਟਰੀਆਂ ਨਾ ਚਾਰਜ ਨਹੀਂ ਲਾਈਆਂ ਮੈਂ ਜਦੋਂ ਦੀਆਂ ਲਿਆਉਂਦੀਆਂ ਨੇ, ਪਹਿਲਾਂ ਕੰਮ ਤਾਂ ਇਹ ਕਰਦਾ ਬੈਟਰੀਆਂ ਚਾਰਜ ਲਾਉਣਾ ਮੈਂ, ਠੀਕ ਹੈ। ਬਾਕੀ ਓਕੇ ਦੀ ਰਿਪੋਰਟ ਹੈ, ਟਰਾਲੀ ਵੀ ਠੀਕ ਹੈ। ਲੋ ਵੀ ਐਤਕੀ ਨਾ ਇੱਧਰ ਥਾਂ ਗਿੱਲਾ ਹੈ, ਪਾਣੀ ਪਾਇਆ ਹੋਇਆ, ਵੀ ਇੱਥੇ ਮਿੱਟੀ ਥੋੜ੍ਹੀ ਜੰਮੀ ਹੋਈ ਹੈ, ਇੱਥੇ ਚਲਾ ਕੇ ਦੇਖ ਲੈਂਦੇ ਹਾਂ। ਅਤੇ ਆਹ ਦੇਖ ਲਓ ਗਿੱਲੀ ਮਿੱਟੀ ਦੇ ਉੱਤੇ ਤਾਂ ਆਰਾਮ ਨਾਲ ਭੱਜਿਆ ਫਿਰਦਾ, ਰੇਤਾ 'ਚ ਆਉਂਦਾ ਸਰ ਫਿਰ ਸਲਿੱਪ ਮਾਰਨ ਲੱਗ ਪੈਂਦਾ। ਟਰਾਲੀ ਰੇਤਾ 'ਚ ਹੈ ਅਤੇ ਟਰੈਕਟਰ ਦੇ ਟਾਇਰ ਗਿੱਲੀ ਮਿੱਟੀ ਦੇ ਆ, ਆਹ ਦੇਖੋ ਲੈ ਗਿਆ ਨਾ ਪੱਟ ਕੇ ਆਰਾਮ ਨਾਲ। ਟਰਾਲੀ ਹਿੱਲਣੀ ਚਾਹੀਦੀ ਹੈ, ਲੀਹ ਬਣਨੀ ਚਾਹੀਦੀ ਹੈ, ਫਿਰ ਕੋਈ ਪਰਵਾਹ ਨਹੀਂ। ਲੰਘਿਆ
ਲੰਘ ਗਿਆ ਜੀ ਸਵਰਾਜ ਆਪਣਾ। ਟਰਾਲੀ ਵੀ ਹੈਗੀਆਂ ਥੋੜ੍ਹੀਆਂ ਜਿਹੀਆਂ ਕਮੀਆਂ, ਇੱਕ ਤਾਂ ਇਹਦੇ ਟਾਇਰ ਸੈੱਟ ਕਰਨੇ ਪੈਣੇ ਆ, ਟਾਇਰ ਮਤਲਬ ਵੀ ਨਾ ਬੋਡੀ ਅਤੇ ਟਾਇਰ ਦੇ ਵਿੱਚ ਜਿਹੜਾ ਫਾਸਲਾ ਉਹ ਬਹੁਤ ਹੀ ਘੱਟ ਹੈ, ਜਦੋਂ ਮਿੱਟੀ ਇਕੱਠੀ ਹੋ ਜਾਂਦੀ ਨਾ ਟਾਇਰ ਬੋਡੀ ਨਾਲ ਲੱਗਦੇ ਨੇ ਇਹਦੇ, ਤਾਂ ਟਰੈਕਟਰ ਦਾ ਇੰਨਾ ਜ਼ੋਰ ਲੱਗਣ ਦਿਆ। ਨਹੀਂ ਤਾਂ ਆਹ ਦੇਖੋ ਬਿਲਕੁਲ ਸਿੰਪਲ ਪੱਕਾ ਫਰਚ ਹੈ, ਇਹਦੇ 'ਤੇ ਵੀ ਟਰੈਕਟਰ ਨਾਲ ਖਿੱਚੂਗਾ ਅੱਗੇ ਜਿਹੜਾ ਇੰਨੀ ਰੇਤਾ 'ਚ ਖਿੱਚ ਲਿਆ। ਆਹ ਦੇਖੋ ਟਾਇਰ ਜਾਮ ਹੀ ਹੁੰਦਾ ਇਹਦੇ, ਹੁਣ ਇੱਥੇ ਜਮੀ ਹੋ ਗਿਆ ਜਾਮ। ਲਓ ਵੀ ਮੁੰਡਿਓ ਸੀਨ ਇੱਦਾਂ ਹੈ ਕਿ ਆਹ ਦੇਖੋ ਆਪਣਾ ਸਵਰਾਜ ਆ ਗਿਆ ਸੀਗਾ ਅੰਦਰ, ਮਿੱਟੀ ਮੁੱਟੀ ਨਾਲ ਉਂਝ ਲਿਪੜਿਆ ਹੋਇਆ, ਸਵੇਰੇ ਕਰਾਂਗੇ ਸਾਫ਼ ਇਹਨੂੰ। ਅਤੇ ਉਸ ਦੇ ਨਾਲ ਆਹ ਦੇਖੋ ਤੁਸੀਂ ਨਵਾਂ ਸਵਰਾਜ ਆਪਣਾ ਹੋ ਚੁੱਕਿਆ ਰੇਡੀ। ਆਹ ਟਰੈਕਟਰ ਆਪਾਂ ਸਵੇਰੇ ਪਾਰਸਲ ਕਰਨਾ, ਇਸ ਕਰਕੇ ਅੱਜ ਰਾਤ ਮੈਂ ਇਹਨੂੰ ਪੂਰਾ ਰੇਡੀ ਕਰ ਦਾਂਗਾ, ਜੋ ਕੁਛ ਵੀ ਕਮੀਆਂ ਰਹਿ ਗਈਆਂ ਨੇ ਕਰਕੇ ਡਨ ਸਾਰੀਆਂ, ਅਤੇ ਸਵੇਰੇ ਆਪਾਂ ਕੁਰੀਅਰ ਕਰ ਦਾਂਗੇ। ਕੋਸ਼ਿਸ਼ ਮੇਰੀ ਇਹੀ ਰਹੂਗੀ, ਇਹਦੇ ਵਿੱਚ ਨਾ ਛੋਟੀਆਂ ਛੋਟੀਆਂ ਚੀਜ਼ਾਂ ਰਹਿ ਗਈਆਂ ਕਰਨ ਵਾਲੀਆਂ ਹਜੇ, ਇੱਕ ਤਾਂ ਪਿਛਲਾ ਜਿਹੜਾ ਇਹਦਾ ਸਲਾਈਡ ਵਾਲਾ ਸਿਸਟਮ ਹੈ ਉਹ ਨਹੀਂ ਤਿਆਰ ਹੋਇਆ ਹਜੇ, ਉਹ ਤਿਆਰ ਕਰਨਾ, ਪਲੱਸ ਇਹਦੇ 'ਤੇ ਜਿਹੜਾ ਸਲੰਸਰ ਲੱਗਣਾ ਸਲੰਸਰ ਦੇ ਵਿੱਚੋਂ ਹੀ ਐਂਟੀਨਾ ਨਿਕਲਣਾ ਤਾਂ ਕਿ ਇਹਦੀ ਰੇਂਜ ਦੂਰ ਤੱਕ ਵਧੀਆ ਵਰਕ ਕਰੇ, ਅਤੇ ਉਹ ਵੀ ਹਜੇ ਪ੍ਰਿੰਟ ਕਰਨਾ। ਅਤੇ ਉਸ ਤੋਂ ਇਲਾਵਾ ਮਡਗਾਰਡ ਫਿੱਟ ਕਰਨੇ ਨੇ, ਮਡਗਾਰਡ 'ਤੇ ਚਲੋ ਕੋਈ ਚੱਕਰ ਨਹੀਂ ਆ, ਮਡਗਾਰਡ 'ਤੇ ਹੋ ਜਾਣਗੇ ਫਿੱਟ, ਇਹਨਾਂ 'ਤੇ ਜ਼ਿਆਦਾ ਟਾਈਮ ਨਹੀਂ ਲੱਗਣਾ, ਮਡਗਾਰਡਾਂ ਵਾਲਾ ਤਾਂ ਕੋਈ ਜ਼ਿਆਦਾ ਲੰਮਾ ਚੌੜਾ ਕੰਮ ਨਹੀਂ ਗਾ। ਬਾਕੀ ਆਲਮੋਸਟ ਟਰੈਕਟਰ ਰੇਡੀ ਆ ਆਪਣਾ, ਹੁੱਡ ਦਾ ਸੀਨ ਸੱਚ ਹੁੱਡ ਰਹਿ ਗਈ ਇਹਦੀ, ਅਤੇ ਵੈਸੇ ਟਰੈਕਟਰ ਨਾ ਬਿਨਾਂ ਹੁੱਡ ਤੋਂ ਜ਼ਿਆਦਾ ਸੋਹਣਾ ਲੱਗੂਗਾ, ਅਤੇ ਮੈਂ ਦੇਖਦਾ ਚਲੋ ਸਵੇਰੇ ਦੇਖ ਲੈਂਦੇ ਹਾਂ ਹੁੱਡ ਦਾ ਕੀ ਸੀਨ ਹੈ, ਜੇ ਹੁੱਡ ਚਾਹੀਦੀ ਹੋਈ ਤਾਂ ਹੁੱਡ ਪ੍ਰਿੰਟ ਵੀ ਕਰ ਲਾਂਗੇ ਆਪਾਂ, ਕੋਈ ਇਸ਼ੂ ਨਹੀਂ ਗਾ। ਠੀਕ ਹੈ, ਇੱਕ ਆਹ ਟਰੈਕਟਰ ਹੋ ਗਿਆ, ਇੱਕ ਆਪਣਾ ਨਾਟ ਗਿਆਰਾਂ, ਅਤੇ ਦੋਵੇਂ ਟਰੈਕਟਰ ਆਪਾਂ ਭੇਜਣੇ ਨੇ ਸਵੇਰੇ। ਨਾਟ ਗਿਆਰਾਂ ਆਲਮੋਸਟ ਰੇਡੀ ਹੈ, ਇਹਦੇ ਵਿੱਚ ਕੰਮ ਰਹਿ ਗਿਆ, ਹਾਂ ਇਹਦੇ ਵਿੱਚ ਇੱਕ ਤਾਂ ਇਹਦੇ ਥੱਲੇ ਸੁੱਚ ਲੱਗਣ ਵਾਲਾ ਰਹਿ ਗਿਆ ਔਨ ਆਫ ਕਰਨ ਵਾਲਾ ਪਾਵਰ, ਠੀਕ ਹੈ, ਅਤੇ ਦੂਜਾ ਇਹਦਾ ਸਲੰਸਰ ਰਹਿ ਗਿਆ। ਸਲੰਸਰ ਵੈਸੇ ਤਾਂ ਰੇਡੀਓ ਹੀ ਹੈ, ਸਲੰਸਰ 'ਚ ਤਾਂ ਕੋਈ ਜ਼ਿਆਦਾ ਟਾਈਮ ਲੱਗਣਾ ਨਹੀਂ, ਆਹ ਦੇਖੋ ਸਲੰਸਰ ਤਾਂ ਰੇਡੀ ਆ, ਬਸ ਫਿੱਟ ਕਰਨਾ ਸਲੰਸਰ, ਇਹ ਲੱਗ ਜੂਗਾ। ਅਤੇ ਉਸ ਦੇ ਨਾਲ ਹੀ ਇਹਦੇ ਨਾਲ ਨਾ ਐਕਸਟਰਾ ਜੋੜੀ ਇੱਕ ਟਾਇਰਾਂ ਦੀ ਭੇਜਣੀ ਹੈ, ਕਿਉਂਕਿ ਆਹ ਟਾਇਰ ਇਹਨੂੰ ਬਹੁਤ ਜ਼ਿਆਦਾ ਚੌੜੇ ਨੇ, ਅਤੇ ਡਿਮਾਂਡ ਆਈ ਸੀ ਕਿ ਇਹਦੇ ਨਾਲ ਨਾ ਛੋਟੇ ਟਾਇਰ ਵੀ ਭੇਜੋ, ਠੀਕ ਹੈ, ਸਿੰਪਲ ਜਿੱਦਾਂ ਦੇ ਆ ਨੇ ਆਪਣੇ ਆਹ ਨਾਟ ਗਿਆਰਾਂ ਨੂੰ ਪਾਏ ਹੋਏ ਨਾ ਟਾਇਰ, ਇਹ ਵੀ ਵੇਖਣ 'ਚ ਸੋਹਣੇ ਲੱਗਦੇ ਆ ਬਹੁਤ। ਅਤੇ ਸੇਮ ਇਸੇ ਸਾਈਜ਼ ਦੇ ਟਾਇਰ ਇੱਥੇ ਮੈਂ ਪ੍ਰਿੰਟ ਕਰਨ ਦਿਆਂ ਵਾਂ, ਆਹ ਦੇਖੋ ਇਹ ਲਗਭਗ 7 ਘੰਟੇ ਲੱਗਣਗੇ ਪ੍ਰਿੰਟ ਹੋਣ 'ਚ, ਅਤੇ ਆਪਣੇ ਕੋਲ ਫਿਲਾਮੈਂਟ ਵੀ ਬਹੁਤ ਹੀ ਲਿਮਿਟਿਡ ਜਿਹਾ ਹੈ, ਆਹ ਦੇਖੋ ਆਹ ਹੀ ਟਾਇਰ ਪ੍ਰਿੰਟ ਹੋ ਜਾਂਦੇ ਬਹੁਤ ਹੈ। ਬਾਕੀ ਚਲੋ ਦੇਖਦੇ ਹਾਂ ਕੀ ਬਣਦਾ। ਅਤੇ ਉਸ ਦੇ ਨਾਲ ਆਪਣਾ ਜਿਹੜਾ ਆਹ ਟਰੈਕਟਰ ਹੈ ਨਾ, ਇਹਦੇ ਵਿੱਚ ਬੈਟਰੀ ਇੱਕ ਤਾਂ ਨਵੀਂ ਪਾਉਣੀ ਹੈ, ਅਤੇ ਇਸ ਟਰੈਕਟਰ ਵਾਸਤੇ ਇੱਕ ਤਾਂ ਨਵੀਂ ਬੈਟਰੀ ਬਣਾਉਣੀ ਹੈ, ਆ ਪੁਰਾਣੀ ਬੈਟਰੀ ਯੂਜ਼ ਕਰਨ ਦਿਆ ਸੀ ਆਪਾਂ ਇਹਦੇ ਵਿੱਚ। ਅਤੇ ਸੈੱਲ ਦੇਖਦਾ ਵਾਂ ਮੈਂ, ਸੈੱਲ ਹੋਣੇ ਚਾਹੀਦੇ ਨੇ, ਲੋ ਵੀ ਆਪਣੀ ਕਿਸਮਤ ਨੂੰ ਨਾ ਪੂਰੇ 2 ਪੀਸ ਹੀ ਨੇ ਸੈੱਲਾਂ ਦੇ। ਅਤੇ ਚਲੋ ਇੱਕ ਤਾਂ ਬੈਟਰੀ ਬਣਾਉਂਦੇ ਹਾਂ ਨਵੀਂ ਆਪਾਂ, ਠੀਕ ਹੈ, ਇਸ ਟਰੈਕਟਰ ਵਾਸਤੇ। ਅਤੇ ਉਸ ਦੇ ਨਾਲ ਆਪਾਂ ਇਹਦਾ ਚਾਰਜਰ ਵੀ ਹਜੇ ਬਣਾਉਣਾ ਹੈ, ਹਜੇ ਚਾਰਜਰ ਵੀ ਨਹੀਂ ਬਣਿਆ, ਕੰਮ ਬੜੇ ਪਏ ਨੇ ਕਰਨ ਵਾਲੇ, ਤਾਂ ਸਵੇਰੇ ਟਰੈਕਟਰ ਭੇਜਣਾ ਹੈ, ਅਤੇ ਫਸਟ ਟਾਈਮ ਬਣਾਉਂਦਾ ਚਾਰਜਰ ਇਹਦਾ, ਚਾਰਜਿੰਗ ਯਾਰ। ਚਲੋ ਦੇਖਦੇ ਹਾਂ ਚਾਰਜਰ ਦਾ ਕੀ ਸੀਨ ਬਣਦਾ, ਕਨਫਰਮ ਹਜੇ ਕੁਛ ਨਹੀਂ ਗਾ, ਐਕਸਪੈਰੀਮੈਂਟ ਹੀ ਕਰਨੇ ਨੇ, ਕਰਕੇ ਦੇਖਦਾ ਮੈਂ। ਕਿਉਂਕਿ ਸੇਮ ਇਸੇ ਕੈਟੇਗਰੀ ਦੇ ਟਰੈਕਟਰਾਂ ਦੇ ਆਪਣੇ ਕੋਲ 4-5 ਆਰਡਰ ਆਏ ਹੋਏ ਨੇ, ਵੀ ਬਿਨਾਂ ਚਾਰਜਰ ਤੋਂ ਤਾਂ ਆਪਾਂ ਟਰੈਕਟਰ ਦੇ ਨਹੀਂ ਸਕਦੇ, ਚਾਰਜਰ ਤਾਂ ਦੇਣਾ ਹੀ ਪਊਗਾ ਆਪਾਂ ਨਾਲ। ਲਓ ਵੀ ਮੁੰਡਿਓ ਸੀਨ ਕੁਛ ਇੱਦਾਂ ਕਿ 9-11 ਵੀ ਆਲਮੋਸਟ ਹੋ ਗਿਆ ਡਨ, ਅਤੇ ਆਪਣਾ ਸਵਰਾਜ ਵੀ ਲਗਭਗ ਰੇਡੀ ਹੈ, ਬਸ ਇੱਕ ਸਲੰਸਰ ਰਹਿ ਗਿਆ ਇਹਦੇ ਲੱਗਣ ਵਾਲਾ, ਠੀਕ ਹੈ, ਬਾਕੀ ਸਾਰਾ ਡਨ ਹੈ।
ਹੁੱਡ ਮੈਂ ਇਹਦੇ 'ਤੇ ਲਾਉਂਦਾ ਨਹੀਂ, ਇਹ ਬਿਨਾਂ ਹੁੱਡ ਤੋਂ ਹੀ ਰੱਖਾਂਗੇ ਆਪਾਂ ਟਰੇਟਰ, ਠੀਕ ਹੈ। ਅਤੇ ਨਟ ਗੈਰਾ ਰੇਡੀ ਹੋ ਗਿਆ, ਇਹਦੀ ਬੈਟਰੀ ਨਵੀਂ ਬਣ ਗਈ, ਮਿਊਜ਼ਿਕ ਸਿਸਟਮ 'ਚ ਪਾਈ ਹੋਈ ਆ, ਚਾਰਜਰ ਇਹਦਾ ਰੇਡੀ ਹੈ। ਬਾਕੀ ਚਲੋ ਆਹ ਵਲੋਗ ਮੈਂ ਸਵੇਰੇ ਕਰਦਾ ਐਂਡ, ਠੀਕ ਹੈ, ਅਤੇ ਸਵੇਰੇ ਤੁਹਾਨੂੰ ਚਾਰਜਰ ਵੀ ਵਿਖਾ ਦਾਂਗਾ ਨਾਲ ਇਹਦਾ। ਲਓ ਵੀ ਮੁੰਡਿਓ, ਨੈਕਸਟ ਡੇ ਵਲੋਗ ਕਰਨ ਦਿਆਂ ਮੈਂ ਕੰਟੀਨਿਊ, ਅਤੇ ਆਹ ਦੇਖ ਲਓ ਸੀਨ, ਵੈਸੇ ਤਾਂ ਰਾਤ ਹੀ ਵਿਖਾ ਦੇ ਤੁਹਾਨੂੰ ਟਰੇਟਰ। ਆਹ ਟਰੇਟਰ ਹੋ ਗਿਆ ਰੇਡੀ, ਬਸ ਇੱਕ ਇਹਦੇ 'ਚ ਸਲੰਸਰ ਲੱਗਣ ਵਾਲਾ ਰਹਿ ਗਿਆ, ਉਹਦੇ 'ਤੇ ਕੰਮ ਚੱਲਣ ਦਿਆ। ਅਤੇ ਆਪਣਾ ਨਾਟ ਗੈਰਾ ਜਿਹੜਾ ਉਹ ਵੀ ਆਲਮੋਸਟ ਰੇਡੀ ਹੈ, ਇਹਦੀ ਸ਼ੋਅ ਹਜੇ ਮੈਂ ਪੱਕੀ ਫਿਕਸ ਕੀਤੀ ਨਹੀਂ, ਕਿਉਂਕਿ ਸਟੀਕਰ ਲਾਉਣੇ ਨੇ, ਵੀ ਸ਼ੋਅ 'ਤੇ ਫਿਰ ਸਟੀਕਰ ਲਾਉਣਾ ਅਤੇ ਸ਼ੋਅ ਲਾਉਣੀ ਪਊਗੀ। ਬਾਕੀ ਸਾਰਾ ਕੁਝ ਫਿਕਸ ਕਰਤਾ ਹੈ, ਛਤਰੀ ਨੂੰ ਪੇਂਟ ਕਰਤਾ ਸੀ ਰਾਤ, ਅਤੇ ਛਤਰੀ ਵੀ ਸੁੱਕ ਗਈ ਹੈ, ਬਸ ਡਨ ਹੈ ਸਾਰਾ ਕੁਛ, ਠੀਕ ਹੈ। ਅਤੇ ਬਸ ਆਹ ਵਲੋਗ ਵੀ ਆਪਾਂ ਇੱਥੇ ਐਂਡ ਕਰਦੇ ਹਾਂ, ਇਹਦਾ ਚਾਰਜਰ ਤੁਹਾਨੂੰ ਮੈਂ ਨੈਕਸਟ ਵਲੋਗ 'ਚ ਵਿਖਾਵਾਂਗਾ। ਆਹ ਵਲੋਗ ਇੱਥੇ ਐਂਡ ਕਰਦੇ ਹਾਂ, ਵਲੋਗ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ, ਜਿਹੜੇ ਵੀ ਚੈਨਲ 'ਤੇ ਨਵੇਂ ਨੇ ਸਬਸਕ੍ਰਾਈਬ ਕਰ ਲਿਓ, ਮਿਲਦੇ ਹਾਂ ਸਵੇਰੇ ਨਵੇਂ ਵਲੋਗ 'ਚ, ਜਿਹੜਾ ਕਿ ਬਸ ਹੁਣੇ ਦਾ 15 ਮਿੰਟ ਮੈਂ ਸਟਾਰਟ ਕਰਦਾ ਵਾਂ, ਠੀਕ ਹੈ, ਓਕੇ ਬਾਏ।